ਕੀ ਹੋਇਆ? ਇੱਥੇ ਰਾਤ ਤਕਰੀਬਨ 1:30 ਵਜੇ ਨਾ ਧੜਾਕਾ ਜਿਹਾ ਹੋਇਆ, ਆਪਣੀ ਅੱਖ ਖੁੱਲੀ ਹੋਈ ਸੀ ਕੋਠੇ ਪਰੇ ਦੇ ਆਪਾਂ, ਅਤੇ ਅਸੀਂ ਜਦੋਂ ਦੇਖਿਆ ਆਵਾਜ਼ ਸੁਣੀ ਵੀ ਧੜਾਕਾ ਹੋਇਆ ਇੱਥੇ, ਤਾਂ ਪਤਾ ਚੱਲਿਆ ਕਿ ਸਵੇਰੇ ਜਦੋਂ ਆਪਾਂ ਇੱਧਰ ਆਏ ਤਾਂ ਕਿ ਐਕਸੀਡੈਂਟ ਹੋਇਆ ਥਾ। ਇੱਕ ਇੱਥੇ ਡਿਵਾਈਡਰ ਹੈ ਜੀ ਬਣਿਆ ਵਾ ਸਾਡਾ ਅੰਡਰ ਬ੍ਰਿਜ, ਰੇਲਵੇ ਦਾ ਜਿਹੜਾ ਰੇਲਵੇ ਦੀ ਪ੍ਰੋਜੈਕਟ ਚੱਲ ਰਿਹਾ ਭਨੁਪਲੀ ਬਿਲਾਸਪੁਰ, ਉੱਥੇ ਡਿਵਾਈਡਰ ਬਣਿਆ ਹੋਇਆ ਜੀ, ਅਤੇ ਡਿਵਾਈਡਰਾਂ ਦੇ ਕਰਕੇ ਕਾਫੀ ਦਿੱਕਤ ਆਉਂਦੀ ਹੈ ਸਾਨੂੰ ਵੀ, ਪਿੰਡਾਂ ਨੂੰ ਮੋੜ ਕੱਟਣ ਵੇਲੇ ਬਹੁਤ ਦਿੱਕਤ ਆਉਂਦੀ, ਨਾ ਇੱਥੇ ਕੋਈ ਲਾਈਟਿੰਗ ਅਰੈਸਟ ਹੈ, ਨਾ ਕੋਈ ਲਾਈਟਿੰਗ ਫੈਸਿਲਿਟੀ ਹੈ, ਅਤੇ ਨਾ ਹੀ ਇੱਥੇ ਕੋਈ ਗਾਰਡ ਵਗੈਰਾ ਲੱਗਿਆ ਹੁੰਦਾ। ਅੰਡਰ ਕੰਸਟਰਕਸ਼ਨ ਕੰਮ ਚੱਲ ਰਿਹਾ ਹੈ, ਲੇਕਿਨ ਇਹ ਬ੍ਰਿਜ ਦਾ ਕੰਮ ਕੰਪਲੀਟ ਹੈ। ਇੱਥੇ ਇਹਨਾਂ ਨੂੰ ਚਾਹੀਦਾ ਰੇਲਵੇ ਡਿਪਾਰਟਮੈਂਟ ਨੂੰ ਜਾਂ ਫਿਰ ਜਿਹੜੇ ਹੋਰ ਪ੍ਰਾਈਵੇਟ ਜਿਹੜੀ ਫਰਮਸ ਕੰਮ ਕਰਦੀਆਂ ਹੈ, ਕਿ ਇੱਥੇ ਥੋੜ੍ਹੀ ਜਿਹੀ ਡਿਵਾਈਡੇਸ਼ਨ ਪ੍ਰੋਪਰ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਹਾਦਸੇ ਆ ਉਹ ਬਚ ਸਕੇ। ਅਸੀਂ ਪਿੰਡਾਂ ਨੂੰ ਜਦੋਂ ਮੁੜੀਦਾ ਸਾਨੂੰ ਵੀ ਬਹੁਤ ਦਿੱਕਤ ਆਉਂਦੀ, ਬ੍ਰੇਕਾਂ ਲਗਾਉਣੀਆਂ ਪੈਂਦੀਆਂ ਕਈ ਵਾਰ ਆਪਾਂ ਖਾਲਿਆਂ ਖੁੜਿਆਂ 'ਚੋਂ ਵੀ ਰੁਕਣ ਦੇ ਬਾਵਜੂਦ ਵੀ ਇਹ ਹੁੰਦਾ। ਬਟ ਜੋ ਰਾਤ ਇੰਸੀਡੈਂਟ ਹੋਇਆ ਇਹਦੇ ਵਿੱਚ ਬੰਦਾ ਜੋ ਹੈ ਉਹ ਸੇਫ ਹੈ, ਬਾਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਥੋੜ੍ਹੇ ਜਿਹੇ ਪ੍ਰਬੰਧ ਚੰਗੇ ਕੀਤੇ ਜਾਵੇ। ਇਹ ਰਾਤ 1:30 ਵਜੇ ਬੜੇ ਜ਼ੋਰਦਾਰ ਧਮਾਕਾ ਹੋਇਆ, ਜਾਂ ਦੇਖਿਆ ਕਿ ਤਾਂ ਇੱਕ ਕਾਰ ਨੰਗਲ ਵੱਲ 'ਤੇ ਆਉਂਦੀ ਸੀ, ਉਹਦੇ ਛਾ ਦੇਖ ਕੇ ਆਦਮੀ ਤਾਂ ਇਹ ਡਿਵਾਈਡਰ ਨਾਲ ਜਿਹੜਾ ਭਨੋਪਲੀ ਬਿਲਾਸਪੁਰ ਰੇਲਵੇ ਦਾ ਓਵਰ ਬ੍ਰਿਜ ਬਣਿਆ ਵਾ ਪਿੰਡ ਜਾਂਦਰਾ ਕੋਲ, ਉਹਦੇ ਨਾਲ ਟਕਰਾਈ ਅਤੇ ਉਹਨੂੰ ਬੰਦੇ ਨੂੰ ਬਾਹਰ ਨਿਕਾਲ ਕੇ ਹਸਪਤਾਲ ਭੇਜ ਦਿੱਤਾ ਗਿਆ। ਅਤੇ ਜਿਹੜਾ ਡਿਵਾਈਡਰ ਹੈ ਰੇਲਵੇ ਵਾਲਾ, ਇਹ ਬਹੁਤ ਛੋਟਾ, ਇਹ ਸਿੰਗਲ ਸੜਕ ਹੋਣ ਕਾਰਨ ਇੱਥੇ ਪਹਿਲਾਂ ਵੀ ਕਾਫੀ ਐਕਸੀਡੈਂਟ ਹੁੰਦੇ। ਇਹ ਜਿਹੜਾ ਰੇਲਵੇ ਨੂੰ ਹੈ, ਇਹ ਡਿਵਾਈਡਰ ਹੈ ਜਿਹੜੇ ਕਾਫੀ ਅੱਗੇ ਤੱਕ ਹੈ, ਜਿਹੜੇ ਉਹ ਬਣਾਉਣੇ ਚਾਹੀਦੇ ਪਲਾਸਟਿਕ ਦੇ ਡਿਵਾਈਡਰ ਬਣਾਉਣ, ਤਾਂ ਕਿ ਜਿਹੜੇ ਐਕਸੀਡੈਂਟ ਹੈ ਇਹ ਰੋਕ ਸਕਣ।